ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੀ ਆਪਣੀ ਅਗਲੀ ਨਵੀਂ ਕਹਾਣੀ ਉਹ ਲੈ ਕੇ ਆਇਆ ਮਿਹਨਤੀ ਕਿਸਾਨ ਅਤੇ ਉਸਦੀ ਧੀ ਬਹੁਤ ਹੀ ਵਧੀਆ ਮੋਟੀਵੇਸ਼ਨਲ ਜਿਹੜੀ ਸਟੋਰੀ ਇਹ ਪੁਰਾਣੇ ਸਮੇਂ ਦੀ ਗੱਲ ਹੈ ਕਿ ਅਬਚਲ ਦੇਸ਼ ਉੱਤੇ ਇੱਕ ਪ੍ਰਤਾਪੀ ਰਾਜਾ ਰਾਜ ਕਰਦਾ ਸੀ ਉਸ ਦੀ ਕੇਵਲ ਇੱਕੋ ਕੁੜੀ ਸੀ ਉਸ ਕੁੜੀ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਹੋਈਆਂ ਸਨ ਦਾਸੀਆਂ ਹਰ ਵੇਲੇ ਉਸਦੇ ਅੱਗੇ ਪਿੱਛੇ ਰਹਿੰਦੀਆਂ ਸਨ ਇੱਕ ਦਿਨ ਰਾਜਕੁਮਾਰੀ ਆਪਣੇ ਸੋਹਣੇ ਰੱਥੇ 'ਤੇ ਸਵਾਰ ਹੋ ਕੇ ਘੁੰਮਣ ਲਈ ਜਾ ਰਹੀ ਸੀ। ਰਾਜਕੁਮਾਰੀ ਦਾ ਧਿਆਨ ਅਚਾਨਕ ਖੇਤਾਂ ਵੱਲ ਗਿਆ। ਪੱਕੀ ਹੋਈ ਸੁਨਹਿਰੀ ਕਣਕ ਨੂੰ ਕਿਸਾਨ ਅਤੇ ਉਸ ਦੀ ਧੀ ਕੱਟ ਰਹੇ ਸਨ। ਅਚਾਨਕ ਰਾਜਕੁਮਾਰੀ ਨੇ ਆਪਣਾ ਰੱਥ ਰੁਕਵਾ ਲਿਆ। ਉਹ ਉਸ ਕਿਸਾਨ ਪਾਸੋਂ ਫਸਲ ਦੇ ਬੀਜਣ ਤੋਂ ਲੈ ਕੇ ਪੱਕਣ ਤੱਕ ਦੀ ਸਾਰੀ ਜਿਹੜੀ ਜਾਣਕਾਰੀ ਉਹ ਲੈਣਾ ਚਾਹੁੰਦੀ ਸੀ। ਉਸਨੇ ਕਦਾਸੀ ਨੂੰ ਹੁਕਮ ਦਿੱਤੇ ਕਿਸਾਨ ਨੂੰ ਬੁਲਾਉਣ ਲਈ ਭੇਜਿਆ ਪਰ ਦਾਸੀ ਖੇਤਾਂ ਵਿੱਚੋਂ ਇਕੱਲੀ ਮੁੜਾਈ ਉਸਨੇ ਰਾਜਕੁਮਾਰੀ ਨੂੰ ਦੱਸਿਆ ਕਿ ਕਿਸਾਨ ਦੀ ਕੁੜੀ ਕਹਿੰਦੀ ਹੈ ਕਿ ਰਾਜਕੁਮਾਰੀ ਜਾਣਕਾਰੀ ਲੈਣ ਲਈ ਇੱਥੇ ਆ ਜਾਵੇ ਉਹ ਕੰਮ ਛੱਡ ਕੇ ਨਹੀਂ ਆ ਸਕਦੀ ਇਹ ਸੁਣ ਕੇ ਉਹ ਅਗ ਬਬੂਲਾ ਹੋ ਗਈ ਅਤੇ ਰਥ ਮਹਿਲਾਂ ਵਿੱਚ ਲੈ ਗਈ ਉਸਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ ਰਾਜੇ ਨੇ ਮੰਤਰੀ ਨੂੰ ਹੁਕਮ ਦਿੱਤਾ ਕਿ ਉਸ ਗੁਸਥਾਕ ਕੁੜੀ ਨੂੰ ਬੁਲਾ ਕੇ ਲਿਆਂਦਾ ਜਾਵੇ ਉਸੇ ਵੇਲੇ ਕਿਸਾਨ ਅਤੇ ਉਸਦੀ ਕੁੜੀ ਨੂੰ ਰਾਜੇ ਅੱਗੇ ਪੇਸ਼ ਕੀਤਾ ਗਿਆ ਕਿਸਾਨ ਡਰ ਰਿਹਾ ਸੀ ਕਿ ਰਾਜਾ ਉਹਨਾਂ ਨੂੰ ਸਖਤ ਸਜ਼ਾ ਦੇਵੇਗਾ ਪਰ ਕਿਸਾਨ ਦੀ ਧੀ ਬੇਖੌਫ ਸੀ ਰਾਜੇ ਦੇ ਮੰਤਰੀ ਨੇ ਫਰਮਾਨ ਪੜ੍ਹ ਕੇ ਸੁਣਾਇਆ ਕਿ ਉਹ ਦੋਵੇਂ ਰਾਜਕੁਮਾਰੀ ਕੋਲ ਕਿਉਂ ਨਹੀਂ ਆਏ ਕਿਸਾਨ ਡਰ ਗਿਆ ਅਤੇ ਮਿੰਨਤਾ ਕਰਨ ਲੱਗਾ ਮਹਾਰਾਜ ਸਾਡੇ ਕੋਲੋਂ ਗਲਤੀ ਹੋ ਗਈ ਹੈ ਸਾਨੂੰ ਮੁਆਫ ਕਰ ਦਿਓ ਕਿਸਾਨ ਨੇ ਆਪਣੀ ਗੱਲ ਅਜੇ ਪੂਰੀ ਵੀ ਨਹੀਂ ਕੀਤੀ ਸੀ ਕਿ ਉਸ ਦੀ ਕੁੜੀ ਵਿੱਚੋਂ ਹੀ ਬੋਲ ਪਈ ਮਹਾਰਾਜ ਅਸੀਂ ਕੋਈ ਗਲਤੀ ਨਹੀਂ ਕੀਤੀ ਉਸ ਦੀ ਆਵਾਜ਼ ਸੁਣ ਕੇ ਰਾਜੇ ਸਮੇਤ ਸਾਰੇ ਮੰਤਰੀ ਹੈਰਾਨ ਹੋ ਗਏ ਲੜਕੀ ਅੱਗੋਂ ਕਹਿਣ ਲੱਗੀ ਮਹਾਰਾਜ ਹੁਣ ਵਾਢੀਆਂ ਦੇ ਦਿਨ ਹਨ ਮੌਸਮ ਵੀ ਖਰਾਬ ਹੈ ਜੇ ਸਮੇਂ ਸਿਰ ਫਸਲ ਨਾ ਸੰਭਾਲੀ ਤਾਂ ਤੁਹਾਨੂੰ ਮਾਲੀਆ ਕਿਵੇਂ ਦਿੰਦੇ ਅਤੇ ਫਸਲਾਂ ਦੀ ਬਰਬਾਦੀ ਨਾਲ ਪੂਰੇ ਦੇਸ਼ ਦਾ ਨੁਕਸਾਨ ਹੋ ਜਾਂਦਾ। ਰਾਜਾ ਉਸ ਦਲੇਰ ਤੇ ਸਿਆਣੀ ਕੁੜੀ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਅਤੇ ਖੁਸ਼ ਹੋਇਆ। ਉਸਨੇ ਕਿਹਾ ਜੇ ਸਾਰੇ ਦੇਸ਼ ਦੀ ਜਨਤਾ ਉਹਨਾਂ ਵਾਂਗ ਮਿਹਨਤੀ ਹੋਵੇ ਤਾਂ ਕੋਈ ਵੀ ਗਰੀਬ ਨਾ ਰਹੇ। ਰਾਜਕੁਮਾਰੀ ਅੰਦਰ ਹੀ ਅੰਦਰ ਸ਼ਰਮਿੰਦਾ ਹੋਈ ਅਤੇ ਰਾਜੇ ਨੇ ਕਿਸਾਨ ਅਤੇ ਉਸ ਦੀ ਧੀ ਨੂੰ ਇਨਾਮ ਦੇ ਕੇ ਵਾਪਸ ਭੇਜ ਦਿੱਤਾ। ਧੰਨਵਾਦ ਜੀ